ਤੇ ਟਾਡੀਵਾਰ ਦੇ ਵਿੱਚ ਗਾਇਆ ਜਾ ਰਿਹਾ ਘਰ ਘਰ ਗੱਲਾਂ ਹੁੰਦੀਆਂ ਸਿੱਧੂ ਮੂਸੇਵਾਲ ਦੀਆਂ ਆ ਸੁਣੀ ਲੋ ਮੜਾ ਜੱਤੂ ਵੀ ਘਰ ਘਰ ਗੱਲਾਂ ਹੁੰਦੀਆਂ ਸਿੱਧੂ ਮੂਸੇਵਾਲ ਦੀਆਂ ਘਰ ਘਰ ਗੱਲਾਂ ਹੁੰਦੀਆਂ ਸਿੱਧੂ ਮੂਸੇਵਾਲ ਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਿੱਖ ਬੜਾ ਰੌਲਾ ਪਾ ਰਹੇ ਨੇ ਜੀ ਗੁਰੂਗ੍ਰੰਥ ਸਾਹਿਬਾ ਦੀ ਬੇਦਬੀ ਹੋ ਗਈ ਏ ਇਹ ਫਲਾਣੇ ਬੰਦੇ ਨੇ ਅੰਗ ਪਾੜ ਦਿੱਤੇ ਨੇ ਜੀ ਸਰੂਪ ਅਗਨ ਭੇੜ ਕਰ ਦਿੱਤਾ ਹੈ ਦੂਜਿਆਂ ਨੂੰ ਅਸੀਂ ਬੜਾ ਕਹਿੰਦੇ ਆ ਜੀ ਆਰਐਸਐਸ ਮਾਰ ਰਹੀ ਏ ਗੁਰੂ ਘਰ ਦੀਆਂ ਬੇਦਬੀਆਂ ਆ ਰਹੀਆਂ ਨੇ ਸਭ ਤੋਂ ਵੱਧ ਇਹ ਬੇਦਬੀ ਇਹ ਕੋ ਕਰਦਾ ਤੇ ਸਿੱਖ ਕਰਦੇ ਨੇ ਤੇ ਗਾਤਰਿਆਂ ਵਾਲੇ ਕਰਦੇ ਨੇ ਇਹ 'ਚ ਕੋਈ ਸ਼ੱਕ ਨਹੀਂ ਅਸਬੂਤ ਹੈ ਪਿਛਲੇ ਦਿਨ ਹੀ ਇੰਗਲੈਂਡ ਦੇ ਵਿੱਚ ਸਿੱਧੂ ਮੂਸੇਵਾਲੇ ਦੇ ਭੋਗ ਦੇ ਸਬੰਧ ਦੇ ਵਿੱਚ ਇੱਕ ਗੁਰਦੁਆਰੇ ਦੇ ਵਿੱਚ ਪ੍ਰੋਗਰਾਮ ਰੱਖਿਆ ਗਿਆ ਤੇ ਸਿੱਧੂ ਮੂਸੇਵਾਲੇ ਦਾ ਬਾਪ ਵੀ ਉੱਥੇ ਸੀ ਤੇ ਢਾਡੀ ਵਾਰਾਂ ਦੇ ਵਿੱਚ ਢਾਡੀ ਵਾਰਾਂ ਗਾਉਣ ਵਾਲੇ ਜਿਹੜਾ ਨਾਮ ਭਾਈ ਅਮਨਦੀਪ ਸਿੰਘ ਹੈ ਤੇ ਉਹ ਢਾਡੀ ਵਾਰਾਂ ਦੇ ਵਿੱਚ ਗਾ ਰਿਹਾ ਹੈ ਜੀ ਘਰ ਘਰ ਗੱਲਾਂ ਹੁੰਦੀਆਂ ਸਿੱਧੂ ਮੂਸੇਵਾਲ ਦੀਆਂ ਤੇ ਸਾਹਮਣੇ ਬਹਿ ਕੇ ਲੋਕੀ ਮੂਕ ਦਰਸ਼ਕ ਬਣ ਕੇ ਸਾਹਮਣੇ ਦੇਖ ਰਹੇ ਨੇ ਕਿਸੇ ਨੇ ਰੋਕਿਆ ਨਹੀਂ ਟੋਕਿਆ ਨਹੀਂ ਇੱਕ ਵੱਡੀ ਬੇਦਬੀ ਇਹ ਵੀ ਕੀਤੀ ਗਈ ਵੀ ਸਿੱਧੂ ਮੂਸੇਵਾਲੇ ਦੇ ਪਿਓ ਦੇ ਪੈਰੀਂ ਹੱਥ ਲਾਏ ਗਏ ਨੇ ਚਲੋ ਉਹਨੇ ਤਾਂ ਨਹੀਂ ਆਖਾ ਵੀ ਮੇਰੇ ਪੈਰੀਂ ਹੱਥ ਲਾਓ ਪਰ ਸੇਖਾ ਖਵਾਉਣ ਵਾਲੇ ਪਹਿਲਾਂ ਮਹਾਰਾਜ ਨੂੰ ਮੱਥਾ ਟੇਕਦੇ ਨੇ ਤੇ ਬਾਅਦ ਵਿੱਚ ਉਹਦੇ ਗੁੱਡਿਆਂ ਨੂੰ ਹੱਥ ਧਾਰਿਆ ਕੋਈ ਕੋਈ ਪੈਰਾਂ ਨੂੰ ਹੱਥ ਲਾ ਰਿਹਾ ਕੋਈ ਸਪੈਸ਼ਲ ਜਾ ਕੇ ਮੱਥੇ ਬੁਲਾ ਰਿਹਾ ਹੈ ਕੋਈ ਸਤਿ ਸ੍ਰੀ ਅਕਾਲ ਬੁਲਾ ਰਿਹਾ ਹੈ ਕਿ ਇਹ ਗੁਰੂ ਦੀ ਬੇਦਬੀ ਨਹੀਂ ਵੀ ਕਿਸੇ ਵਿਸ਼ੇਸ਼ ਵਿਅਕਤੀ ਦੇ ਪੈਰੀਂ ਹੱਥ ਲਾਉਣੇ ਗੁਰੂ ਸਾਹਿਬ ਦੇ ਢਾਡੀ ਵਾਰਾਂ ਦੀ ਕਲਾ ਇੱਕ ਤਾਂ ਇਹਦੀ ਬੇਦਬੀ ਕੀਤੀ ਹੈ ਦੂਸਰਾ ਗੁਰੂ ਸਾਹਿਬ ਦੀ ਬਾਣੀ ਦੀ ਬੇਅਦਬੀ ਕੀਤੀ ਹੈ ਮਹਾਰਾਜ ਦੇ ਸਤਕਾਰ ਦੇ ਵਿੱਚ ਫਰਕ ਪਾਇਆ ਹੈ ਇਹਨਾਂ ਨਾਲ ਫੋਨ ਤੇ ਗੱਲ ਕੀਤੀ ਇਹਨਾਂ ਆਖਿਆ ਜੀ ਕਸੂਰ ਤੇ ਸਾਡਾ ਬੜਾ ਵੱਡਾ ਹੈ ਮੰਨਦੇ ਹਾਂ ਗਲਤੀ ਕੀਤੀ ਹੈ ਪੰਜਾਂ ਕੋਲੇ ਜਾ ਕੇ ਪੇਸ਼ ਹੋ ਕੇ ਤਨਖਾਹ ਵੀ ਲਵਾਵਾਂਗੇ ਤੇ ਸ੍ਰੀ ਅਕਾਲ ਤਖਤ ਸਾਹਿਬ ਜਾ ਕੇ ਮਾਫੀ ਮੰਗ ਕੇ ਸੇਵਾ ਵੀ ਕਰਾਂਗੇ ਪਰ ਇਹ ਕਸੂਰ ਕੱਲਾ ਸਾਡਾ ਨਹੀਂ ਇਹ ਸਾਨੂੰ ਗੁਰਦੁਆਰੇ ਦੀ ਕਮੇਟੀ ਨੇ ਪ੍ਰਬੰਧਕਾਂ ਨੇ ਆਖਿਆ ਸੀ ਵੀ ਭੋਗ ਦੇ ਸੰਬੰਧ ਦੇ ਵਿੱਚ ਸਿੱਧੂ ਮੂਸੇਵਾਲੇ ਦੇ ਬਾਰੇ ਆ ਕਵਿਤਾ ਕਿਸੇ ਨੇ ਲਿਖੀ ਏ ਤੇ ਤੁਸੀਂ ਗਾਉਣੀ ਏ ਤੇ ਗਾਉਣੀਏ ਤੇ ਵੱਧ ਵੱਧ ਪਾਉਣ ਜਿਹੜੇ ਨੇ ਤਾਂ ਜੋ ਗੁਰਗੱਦੇ ਵਿੱਚ ਪੈਣ ਇਹਦੇ ਫੌਲਰ ਜਿਹੜੇ ਨੇ ਖੁਸ਼ ਹੋ ਜਾਣ ਸਿੱਧੂ ਮੂਸੇਵਾਲੇ ਦੇ ਇਹਦੇ ਪਿੱਛੇ ਮਨਸ਼ਾ ਦੇ ਹੋਈ ਏ ਹੋਰ ਸਿੱਖੀ ਪ੍ਰਚਾਰ ਤੇ ਦੇ ਵਿੱਚ ਹੈ ਕੋਈ ਨਹੀਂ ਇਹ ਹੈ ਜੀ ਅੱਜ ਦੀ ਸਿੱਖੀ ਤੇ ਅੱਜ ਦਾ ਪ੍ਰਚਾਰ ਭਾਈ ਗੁਰਦਾਸ ਸਾਹਿਬ ਜੀ ਨੇ ਨਿਆਖਿਆ ਹੈ ਕਿ ਘਰ ਘਰ ਬਾਬਾ ਗਾਵੀਆ ਵਜਣ ਤਾਲ ਮਿਰਦੰਗ ਰ ਬਾਬਾ ਯਾ ਭਾਈ ਗੁਰਦਾਸ ਸਾਹਿਬ ਜੀ ਨੇ ਆਖਿਆ ਵੀ ਘਰ ਘਰ ਅੰਦਰ ਧਰਮ ਸਾਲ ਹੋਵੇ ਕੀਰਤਨ ਸਦਾ ਵਿਸੋਗਾ ਘਰ ਘਰ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀ ਮਹਿਮਾ ਗਈ ਜਾ ਰਹੀ ਹੈ ਤੇ ਅੱਜ ਦੇ ਢਾਡੀ ਪ੍ਰਚਾਰਕ ਤੇ ਗੁਰਦੁਆਰੇ ਦੀਆਂ ਕਮੇਟੀਆਂ ਇਹ ਪ੍ਰਚਾਰ ਕਰ ਰਹੀਆਂ ਨੇ ਵੀ ਘਰ ਘਰ ਦੇ ਵਿੱਚ ਸਿੱਧੂ ਮੂਸੇਵਾਲਾ ਗਿਆ ਜਾ ਰਿਹਾ ਹੈ ਇਹ ਸਿੱਖੀ ਕਿੱਦਰ ਨੂੰ ਤਰੀ ਜਾ ਰਹੀ ਹੈ ਤੇ ਕਿੱਥੇ ਜਾ ਕੇ ਰੁਕਣੀ ਹੈ ਤੇ ਸਾਹਮਣੇ ਬੈਠ ਕੇ ਜਿਹੜੇ ਸੁਣ ਰਹੇ ਨੇ ਇਹਨਾਂ ਦਾ ਸ਼ਰਮ ਦੇ ਨਾਲ ਸਿਰ ਕਿਉਂ ਨਾ ਝੁਕ ਗਿਆ ਜਿੰਨੇ ਗਾਉਣ ਵਾਲੇ ਦੇਣਦਾਰ ਨੇ ਗੁਰੂ ਦੇ ਲਿਖਣ ਵਾਲੇ ਤੇ ਬੁਲਾਉਣ ਵਾਲੇ ਤੇ ਸੁਣਨ ਵਾਲੇ ਵੀ ਉਹਨੇ ਕਸੂਰ ਬਾਦ ਨੇ ਮੈਂ ਬੇਨਤੀ ਕਰਦਾ ਜਿਹੜੇ ਸਿੱਖੀ ਦਾ ਦਰਦ ਰੱਖਦੇ ਨੇ ਇਹ ਤੁਹਾਡੀ ਚੁੱਪ ਨੇ ਬੜਾ ਨੁਕਸਾਨ ਕਰਨਾ ਹੈ ਇਹਨਾਂ ਕੁਰੀਤੀਆਂ ਦੇ ਖਿਲਾਫ ਜੇ ਤੁਸੀਂ ਨਾ ਬੋਲੇ ਤੇ ਆਉਣ ਵਾਲੇ ਸਮੇਂ ਵਿੱਚ ਇਕੱਲੇ ਇਕੱਲੇ ਗੁਰਦੁਆਰੇ ਦੇ ਵਿੱਚ ਇਹ ਕੁਝ ਚੱਲਣਾ ਹੈ ਤੇ ਇਹਦੇ ਤੋਂ ਵੱਧ ਵੀ ਚੱਲੇਗਾ ਇਹ ਸਾਡੀਆਂ ਜਥੇਦਾਰਾਂ ਦੀਆਂ ਨਲਾਕੀਆਂ ਨੇ ਤੇ ਇਹ ਵੀਡੀਓ ਸਿਰਫ ਤੁਹਾਨੂੰ ਸਿੱਖ ਸੰਗਤਾਂ ਨੂੰ ਸੁਚੇਤ ਕਰਨ ਵਾਸਤੇ ਹੈ ਕਿ ਇਹ ਕੁਝ ਹੋ ਰਿਹਾ ਸਿੱਖੀ ਦੇ ਵਿੱਚ ਜੇ ਹੁਣ ਵੀ ਨਾ ਜਾਗੇ ਆਪਣੀ ਗੁਰਮਰਿਆਦਾ ਨੂੰ ਗੁਰੂ ਸਾਹਿਬ ਦੇ ਸਤਕਾਰ ਨੂੰ ਬਹਾਲ ਕਰਨ ਵਾਸਤੇ ਤੁਹਾਡੀ ਜ਼ੁਬਾਨ ਦੇ ਵਿੱਚੋਂ ਇੱਕ ਸ਼ਬਦ ਵੀ ਜੇ ਨਾ ਨਿਕਲਿਆ ਤੇ ਸਮਾਂ ਬੜਾ ਭਿਆਨਕ ਆਵੇਗਾ ਤੇ ਬੜਾ ਕੁਝ ਇਹੋ ਜਿਹੇ ਲੋਕ ਕਰਨਗੇ ਤੇ ਤੁਹਾਡੇ ਸਿਰ ਤੇ ਚੜ ਕੇ ਤੁਹਾਡੇ ਸਿਰ ਦੇ ਚੜ ਕੇ ਬੋਲਿਆ ਜਾਵੇਗਾ ਤੇ ਸਾਰਾ ਕੁਝ ਗੁਰੂ ਸਾਹਿਬ ਦੀ ਬਾਣੀ ਤੇ ਮਰਿਆਦਾ ਨੂੰ ਤੁਰੰਮ ਰੋੜ ਕੇ ਗੁਰਦੁਆਰਾ ਸਾਹਿਬ ਦੀ ਮਾਨ ਮਰਿਆਦਾ ਨੂੰ ਭੰਗ ਕੀਤਾ ਜਾਵੇਗਾ ਜੋ ਕਿ ਇਹਦੀ ਮਿਸਾਲ ਜਿਉਂਦੀ ਜਾਗਦੀ ਹੈ ਯੂਕੇ ਦੇ ਵਿੱਚ ਪਿਛਲੇ ਦਿਨੀ ਹੋਏ ਪ੍ਰੋਗਰਾਮ ਦੀ ਹੈ ਇਹਨਾਂ ਟਾਲੀਆਂ ਨੂੰ ਪੁੱਛਿਆ ਕਿਸੇ ਨੇ ਨਹੀਂ ਕਿ ਗੁਰਦੁਆਰੇ ਦੀ ਕਮੇਟੀ ਦਾ ਮਾਫੀਨਾਮਾ ਕਦੋਂ ਆਵੇਗਾ ਕਿ ਜਾਂ ਇਹ ਸਮਝਦੇ ਨੇ ਵੀ ਜੋ ਕੁਝ ਹੋਇਆ ਠੀਕ ਹੋਇਆ ਤੇ ਸਹੀ ਹੈ ਇਹ ਸਿੱਖੀ ਕਿੱਧਰ ਨੂੰ ਜਾ ਰਹੀ ਹੈ ਸੋਚਣਾ ਪਵੇਗਾ ਸ਼ੇਵੇ ਪਾਸ਼ਾ ਨੇ ਜਿਹੜੀ ਢਾਡੀ ਕਲਾ ਪ੍ਰਚਲਿਤ ਕੀਤੀ ਹੈ ਤੋਰੀ ਹੈ ਇਹਦੇ ਵਿੱਚ ਪੂਰੇ ਦੀ ਸਿਫਤ ਕੀਤੀ ਜਾ ਸਕਦੀ ਹੈ ਪੂਰੇ ਨਾਲ ਜੁੜਿਆ ਹੋਇਆਂ ਦੀ ਸਿਫਤ ਕੀਤੀ ਜਾ ਸਕਦੀ ਹੈ ਸੂਰਮਿਆਂ ਦੀਆਂ ਵਾਰਾਂ ਗਾਈਆਂ ਜਾ ਸਕਦੀਆਂ ਨੇ ਇਹ ਵਾਰ ਨਹੀਂ ਹੈ ਗੀਤ ਹੈ ਜਿਹੜੇ ਕੁਝ ਛੜਣਾ ਦੀ ਖਾਤਰ ਪੌਣ ਇਕੱਠੇ ਕਰਨ ਵਾਸਤੇ ਗਾਈ ਗਈ ਹੈ ਢਾਡੀ ਸਿੰਘਾਂ ਨੇ ਆਖਿਆ ਵੀ 200 ਪੌਣ ਤੋਂ ਵੱਧ ਨਹੀਂ ਹੋਏ ਪਰ ਮਨਸ਼ਾ ਪਿੱਛੇ ਕੀ ਸੀ ਪ੍ਰਬੰਧ ਕਾਂ ਦੀ ਇਹ ਅੱਖੋਂ ਪਰੋਖੇ ਕਰਨ ਵਾਲੀਆਂ ਗੱਲਾਂ ਨਹੀਂ ਇਹ ਅੱਜ ਇੱਕ ਗੁਰਦੁਆਰੇ ਚ ਹੋਇਆ ਆਉਣ ਵਾਲੇ ਸਮੇਂ ਦੇ ਵਿੱਚ ਸਾਰਿਆਂ ਵਿੱਚ ਦੇਖ ਸਕਦੇ ਹੋ ਜਿੱਧਰ ਦੀ ਹਵਾ ਹੋਵੇ ਲੋਕੀ ਉਧਰ ਦੇ ਹੋ ਜਾਂਦੇ ਨੇ ਚੰਗਾ ਚੰਗਾ ਕਹਿ ਕੇ ਅੱਜ ਕੌਮ ਕਿਸ ਰਸਤੇ ਤੇ ਕਿਸ ਮੋੜ ਤੇ ਲਿਆ ਖਲਾਰੀਏ ਇਹ ਸਾਹਮਣੇ ਤੁਹਾਡੇ ਮਿਸਾਲ ਹੈ ਤੁਸੀਂ ਦੇਖ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ